ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਆ। ਉਸ ਵੀਡੀਓ ਦੇ ਵਿੱਚ ਇੱਕ ਡਾਕਟਰ ਸਾਹਿਬ ਦੱਸ ਰਹੇ ਨੇ ਕਿ ਕਰੋਨਾ ਵਾਇਰਸ ਜੋ ਜੋ ਅੱਜ ਕੱਲ ਵਟਸਐਪ ਦੇ ਉੱਪਰ, ਫੇਸਬੁੱਕ ਦੇ ਉੱਪਰ, ਇਸ ਤੋਂ ਇਲਾਵਾ ਯੂਟਿਊਬ ਦੇ ਉੱਪਰ ਚੱਲ ਰਿਹਾ, ਉਹ ਮੈਂ ਕਿਸੇ ਬਾਰੇ ਗੱਲ ਨਹੀਂ ਕਰਾਂਗਾ। ਅੱਜ ਮੈਂ ਦੱਸਾਂਗਾ ਕਿ ਅਸਲ ਵਿੱਚ ਕਰੋਨਾ ਵਾਇਰਸ ਕਿਸ ਤਰ੍ਹਾਂ ਆਪਾਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਸ਼ਖਸ ਕਰੋਨਾ ਵਾਇਰਸ ਦਾ ਸ਼ਿਕਾਰ ਹੋ ਚੁੱਕਾ ਹੈ। ਐਵੇਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ। ਉਸ ਡਾਕਟਰ ਸਾਹਿਬ ਨੇ ਦੱਸਿਆ ਹੈ ਕਿ ਠੀਕ ਹੈ, ਜੇ ਆਹ ਚੀਜ਼ਾਂ ਹੋ ਸਕਦੀਆਂ ਨੇ ਤੁਹਾਨੂੰ ਮਹਿਸੂਸ ਆਪਣੇ ਸਰੀਰ ਦੇ ਵਿੱਚੋਂ, ਤਾਂ ਤੁਸੀਂ ਕਿਤੇ ਨਾ ਕਿਤੇ ਇਸ ਵਾਇਰਸ ਦੇ ਨਾਲ, ਪੱਕਾ ਨਹੀਂ ਕਹਿ ਰਹੇ ਹੋ, ਕਿਤੇ ਨਾ ਕਿਤੇ ਇਸ ਵਾਇਰਸ ਦੇ ਨਾਲ ਪੀੜਿਤ ਵੀ ਨਜ਼ਰ ਆ ਸਕਦੇ ਹੋ। ਦੋਸਤੋ, ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ, ਤੁਸੀਂ ਵੀ ਵੇਖ ਸਕਦੇ ਹੋ। ਮੈਂ ਕੋਰੋਨਾ ਕੇ ਬਾਰੇ ਮੈਂ ਆਪਕੋ ਕੁਛ ਵੀ ਵੋ ਸਬ ਨਹੀਂ ਬਤਾਉਂਗਾ ਜੋ ਆਪ ਸਬ ਜਾਣਤੇ ਹੈ ਵਾਟਸਐਪ ਪੇ, ਇੰਟਰਨੈਟ ਪੇ ਪੜ ਪੜ ਕੇ, ਬਿਲਕੁਲ ਨਹੀਂ ਬਤਾਉਂਗਾ। ਮੈਂ ਵੋ ਬਤਾ ਰਹਾ ਹੂੰ ਆਪ ਕੈਸੇ ਡਿਫਰੈਂਸ਼ੀਏਟ ਕਰੋਗੇ ਆਪਕੋ ਕੋਰੋਨਾ ਹੈ ਜਾਂ ਨਹੀਂ ਹੈ। ਉਸਕੇ ਬਾਅਦ ਆਪ ਮੇ ਸੇ ਕੋਈ ਅਗਰ ਵੋ ਸਿਮਟਮ ਨਹੀਂ ਹੈ, ਉਸਕੋ ਲਗਤਾ ਹੈ ਕਿ ਮੁਝੇ ਕੋਰੋਨਾ ਨਹੀਂ ਹੈ, ਵੋ ਫਿਰ ਵਾਪਸ ਤੇ ਘਰ ਜਾਏ ਕੁਛ ਹੁੰਦਾ ਹੈ, ਠੀਕ। ਖਾਂਸੀ, ਜ਼ੁਕਾਮ, ਬਲਗਮ, ਬੁਖਾਰ, ਇਹ ਝਗੜੇ ਹੈ ਸਬਕੇ, ਠੀਕ ਹੈ। ਅਗਰ ਆਪਕੋ ਸੂਖੀ ਖਾਂਸੀ ਹੋ ਰਹੀ ਹੈ, ਡਰਾਈ ਕਫ, ਖਾਂਸ ਰਹੇ ਹੋ ਬਸ, ਇਹ ਕੇਵਲ ਪੋਲਿਊਸ਼ਨ ਕਫ ਹੈ, ਕੇਵਲ ਪ੍ਰਦੂਸ਼ਣ ਸੇ ਹੋ ਰਹਾ ਹੈ। ਅਗਰ ਆਪਕੋ ਖਾਂਸੀ ਕੇ ਸਾਥ ਬਲਗਮ ਆ ਰਹਾ ਹੈ, ਨਾਕ ਭੈਰੀ ਹੈ, ਯੇ ਆਪਕੋ ਐਲਰਜਿਕ ਕਫ ਹੈ, ਠੀਕ। ਯਦੀ ਆਪਕੋ ਨਾਕ ਭੈਰੀ ਹੈ, ਬਲਗਮ ਆ ਰਹਾ ਹੈ, ਔਰ ਆਪਕੋ ਖਾਂਸੀ ਹੋ ਰਹੀ ਹੈ, ਉਸਕੇ ਸਾਥ ਐਸਾ ਅਗਰ ਹੋ ਰਹਾ ਹੈ, ਤੋ ਯੇ ਫਲੂ ਯਾ ਸਵਾਈਨ ਫਲੂ ਕੁਛ ਵੀ ਹੋ ਸਕਤਾ ਹੈ, ਯਾ ਨਾਰਮਲ ਵਾਇਰਸ ਜਿਸ ਕਰਤੇ ਹੋਏ ਵਾਇਰਲ ਹੋ ਗਿਆ ਆਪਕੋ, ਜਾਓ ਘਰ ਜਾਓ ਠੀਕ ਹੋ ਜਾਓ, ਯੇ ਵੋ ਵੀ ਹੋ ਸਕਤਾ, ਯੇ ਕੋਰੋਨਾ ਵੋਰੋਨਾ ਨਹੀਂ ਹੋ ਸਕਤਾ। ਪਰ ਅਗਰ ਆਪਕੋ ਬੁਖਾਰ, ਸੂਖੀ ਖਾਂਸੀ, ਤੇਜ਼ ਬੁਖਾਰ, ਸੂਖੀ ਖਾਂਸੀ, ਔਰ ਸਾਂਸ ਫੂਲਨਾ, ਜੋੜੋ ਮੇ ਦਰਦ, ਚਲੋ ਜੋੜੋ ਮੇ ਦਰਦ ਸਭ ਚੀਜ਼ੋਂ ਮੇ ਹੋ ਸਕਤਾ ਹੈ। ਮੇਨ ਡਿਫਰੈਂਸ਼ੀਏਟਿੰਗ ਫੀਚਰ ਹੈ ਕਿ ਅਗਰ ਆਪਕੋ ਖਾਂਸੀ ਕੇ ਸਾਥ ਬੁਖਾਰ ਹੈ, ਔਰ ਖਾਂਸੀ ਸੂਖੀ ਔਰ ਤੇਜ਼ ਬੁਖਾਰ ਹੈ, ਤੋ ਹੀ ਇਹ ਕੋਰੋਨਾ ਹੋ ਸਕਤਾ ਹੈ, ਜ਼ਰੂਰੀ ਨਹੀਂ ਹੈ ਕਿ ਵੋ ਵੀ ਹੋ। ਤੋ ਉਸੇ ਪੈਨਿਕ ਕਰਨਾ ਬੰਦ ਕਰੀਏ, ਮੋਸਟ ਆਫ ਦਾ ਲੋਕੋ ਉਸੇ ਡਰ ਲਗਤਾ ਹੈ। ਅਬ ਆਪ ਮੁਝੇ ਬਤਾਓ, ਇਤਨੇ ਲੋਕ ਬੈਠੇ ਹੋ, ਆਪ ਮੇ ਸੇ ਕਿਤਨੇ ਲੋਕੋ ਤੇਜ਼ ਬੁਖਾਰ ਔਰ ਸੂਖੀ ਖਾਂਸੀ ਹੈ, ਬਤਾਈਏ ਕਿਤਨਾ ਹੋਗਾ। ਬਲਗਮ ਵਾਲੀ ਖਾਂਸੀ, ਜ਼ੁਕਾਮ ਬਹੁਤ ਲੋਕ ਹੋਗਾ, ਆਪ ਮੇ ਸੇ ਕਿਸੀ ਕੋ ਕੋਰੋਨਾ ਨਹੀਂ ਹੈ, ਫੀਸ ਲੈ ਲੋ ਚਲੇ ਜਾਓ, ਮੈਂ ਬਤਾ ਰਹਾ ਹੂੰ ਬਿਨਾਂ ਬਦਲੇ ਲੋ। ਡਰੋ ਨਹੀਂ ਕੋਰੋਨਾ ਸੇ, ਕੋਰੋਨਾ ਐਸੇ ਨਾਰਮਲ ਵਾਇਰਲ ਹੈ, ਕਿਸੀ ਕਾ ਕੁਛ ਨਹੀਂ ਵਿਗਾੜਤਾ, ਵੋ ਆਪਕੇ ਔਰ ਹਮਾਰੀ ਤਰ੍ਹਾਂ ਨਾਰਮਲ ਵਾਇਰਲ ਕੀ ਤਰ੍ਹਾਂ ਆਤਾ ਹੈ, ਚਲਾ ਜਾਤਾ ਹੈ। ਵਿਗੜਤਾ ਕਿਸ ਕਾ ਹੈ, ਜਿਸਕੀ ਓਲਡ ਏਜ ਹੈ, ਉਸਕੀ ਇਮਿਊਨਿਟੀ ਪਾਵਰ ਕਮ ਹੈ, ਉਸਕੋ ਡਾਇਬਿਟੀਜ਼ ਹੈ, ਉਸਕੋ ਸ਼ੂਗਰ ਹੈ, ਵੋ ਕੈਂਸਰ ਪੇਸ਼ੈਂਟ ਹੈ, ਉਸਕੀ ਇਮਿਊਨਿਟੀ ਕਮ ਹੈ, ਛੋਟਾ ਸਾ ਵਾਇਰਲ ਉਸਕੇ ਉੱਪਰ ਹਮਲਾ ਕਰ ਦਿੱਤਾ ਹੈ। ਔਰ ਦੂਸਰਾ, ਇਹ ਸੈਨੀਟਾਈਜ਼ਰ ਕਾ ਝਗੜਾ ਬੰਦ ਕਰੀਏ, ਠੀਕ, ਕੋਈ ਜ਼ਰੂਰਤ ਨਹੀਂ ਸੈਨੀਟਾਈਜ਼ਰ ਕੀ, ਸਾਬੁਨ ਹੈ, ਹੱਥ ਧੋ ਲੀਜੀਏ ਅੱਛੇ ਸੇ, ਪਹਿਲੇ ਹੀ ਜ਼ਮਾਨੇ ਮੇਂ ਤੋ ਰਾਖ ਸੇ ਹੱਥ ਧੋਤੇ ਥੇ, ਚਲੀਏ ਰਾਖ ਸੇ ਮਤ ਧੋਈਏ, ਆਪ ਨਾਰਮਲ ਸਾਬੁਨ ਪਾਣੀ ਸੇ ਹੱਥ ਧੋਈਏ, ਕੁਛ ਨਹੀਂ ਫੈਲਿਆ ਕੋਰੋਨਾ। ਦੂਸਰੀ ਬਾਤ, ਇੱਕ ਬਾਤ ਔਰ ਸਿੱਖ ਕੇ ਜਾਈਏ, ਜੋ ਲਾਸਟ ਬਾਤ ਹੈ, ਫਿਰ ਮੈਂ ਵਾਪਸ ਆਪ ਲੋਕ ਟਾਈਮ ਨਾ ਵੇਸਟ ਕਰਕੇ ਸ਼ੁਰੂ ਕਰਤਾ ਹੂੰ। ਛੀਕਣਾ ਔਰ ਖਾਂਸਣਾ ਕੈਸੇ, ਯੇ ਆਜ ਨਹੀਂ ਆਗੇ ਤੱਕ ਕੇ ਲੀਏ, ਹਮ ਕੈਸੇ ਛੀਕਤੇ ਹੈ, ਚਲੋ ਹੋ ਗਿਆ, ਠੀਕ ਹੈ, ਇਨਕੇ ਉੱਪਰ ਵੀ ਗਿਰਾ ਦੀ, ਇਨਕੇ ਉੱਪਰ ਵੀ ਗਿਰਾ ਦੀ, ਆਜ ਕੇ ਬਾਅਦ ਆਪ ਸਭ ਖਾਂਸੇਂਗੇ ਜਾਂ ਛੀਕੇਂਗੇ, ਤੋ ਐਸੇ ਆਪਣੀ ਬਾਜੂ, ਕਿਉਂਕਿ ਇਧਰ ਆਪ ਟੱਚ ਨਹੀਂ ਕਰਦੇ ਬਾਰ ਬਾਰ, ਠੀਕ ਹੈ, ਔਰ ਸ਼ਰਟ ਕੋ ਆਪ ਜਾ ਕੇ ਚੇਂਜ ਕਰਦੇ ਜਾਈਏ, ਠੀਕ ਹੈ, ਕਰਕੇ ਦਿਖਾਈਏ ਸਭ ਕੈਸੇ ਖਾਂਸੇਂਗੇ ਛੀਕੇਂਗੇ। ਬਿਲਕੁਲ ਜੀ, ਅੱਜ ਕੱਲ੍ਹ ਬਹੁਤ ਕੁਛ ਚੱਲ ਰਿਹਾ, ਛੂਹਣ ਦੇ ਨਾਲ, ਨਿੱਛਣ ਦੇ ਨਾਲ, ਆਮ ਰੂਟੀਨ ਦੇ ਵਿੱਚ ਵੀ ਸਾਨੂੰ ਖਾਂਸੀ ਹੁੰਦੀ ਹੈ, ਆਮ ਰੂਟੀਨ ਦੇ ਵਿੱਚ ਵੀ ਜ਼ੁਕਾਮ ਹੁੰਦਾ ਹੈ, ਔਰ ਉਸ ਤੋਂ ਇਲਾਵਾ ਮਤਲਬ ਕਹਿੰਦੇ ਕਿ ਸੈਨੇਟਾਈਜ਼ਰ ਨੂੰ ਜ਼ਿਆਦਾ ਇਸਤੇਮਾਲ ਨਾ ਕਰੋ,
ਕਿਉਂਕਿ ਲੋਕ ਕੀ ਅੱਜ ਕੱਲ੍ਹ ਸੈਨੀਟਾਈਜ਼ਰ ਇੰਨੇ ਜ਼ਿਆਦਾ ਲੈ ਰਹੇ ਨੇ ਕਿ ਉਹਨਾਂ ਦੀ ਕੀਮਤ ਵਿੱਚ ਕਿੰਨਾ ਵਾਧਾ ਹੋ ਚੁੱਕਾ ਹੈ, ਔਰ ਮਾਸਕ ਜਿਹੜੇ ਨੇ ਉਹਨਾਂ ਨੂੰ ਕੀਮਤ ਵਿੱਚ ਉਹਨਾਂ ਦੀ ਕਿੰਨਾ ਕੁ ਵਾਧਾ ਹੋ ਚੁੱਕਾ ਹੈ ਤੁਸੀਂ ਜਾਣਦੇ ਹੋ। ਉਹਨਾਂ ਨੇ ਕਿਹਾ ਕਿ ਘਰ ਦੇ ਵਿੱਚ ਸੈਂਪਲ ਜੋ ਸਾਬਣ ਹੈ ਉਸ ਦਾ ਇਸਤੇਮਾਲ ਕਰੋ, ਜ਼ਿਆਦਾ ਜਿੰਨੇ ਮਰਜ਼ੀ ਆਪਾਂ ਲੱਲੇ ਭੱਬੇ ਕਰ ਲਈਏ ਕੁਛ ਵੀ ਬਣਨੇ ਨੂੰ ਤਿਆਰ ਨਹੀਂ ਹੈ। ਸੋ ਇਹਨਾਂ ਚੀਜ਼ਾਂ ਦੇ ਕਰਕੇ ਹੀ ਸ਼ਾਇਦ ਅਸੀਂ ਲੋਕ ਜਿਹੜੇ ਅੱਜ ਕੱਲ੍ਹ ਜ਼ਿਆਦਾ ਡਰੇ ਹੋਏ ਹਾਂ। ਉਹਨਾਂ ਨੇ ਕਿਹਾ ਕਿ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ। ਹੁਣ ਤੁਸੀਂ ਸਾਡੀ ਵੈਬਸਾਈਟ 'ਤੇ ਜਾਣ ਲਈ ਲੌਗਇਨ ਕਰ ਸਕਦੇ ਹੋ www.evenpunjabi.com। ਚਮਤਕਾਰ ਹੁੰਦੇ ਨੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 3 ਘੰਟੇ 'ਚ ਪਾਓ ਹਰ ਪਰੇਸ਼ਾਨੀ ਦਾ ਹੱਲ। 7 ਦਿਲਾਂ ਦੇ ਮਾਹਿਰ, ਮੇਰੇ ਕਿੱਤੇ ਨੂੰ ਕੋਈ ਘੱਟ ਨਹੀਂ ਸਕਦਾ, ਸਪੈਸ਼ਲਿਸਟ ਲਵ ਮੈਰਿਜ, ਵਸ਼ੀਕਰਨ, ਲੋਟਰੀ ਨੰਬਰ, ਪਰੇਸ਼ਾਨੀ ਜਿਵੇਂ ਮਨਚਾਹਾ ਪਿਆਰ, ਪਤੀ ਪਤਨੀ 'ਚ ਅਣਬਣ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਔਲਾਦ ਸੁੱਖ, ਨਸ਼ਾ ਜਾਂ ਬੁਰੀ ਸੰਗਤ ਛੁਡਵਾਉਣਾ, ਕਾਲੇ ਜਾਦੂ ਦਾ ਖਾਤਮਾ, ਬਿਮਾਰੀ ਵਿੱਚ ਦਵਾ ਨਾ ਲੱਗਣਾ, ਵਸ਼ੀਕਰਨ ਕਰਵਾਓ, ਜਿਸ ਨੂੰ ਚਾਹੇ ਉਸ ਨੂੰ ਆਪਣੇ ਵੱਸ 'ਚ ਕਰੋ, ਲੋਟਰੀ ਨੰਬਰ ਪਾਓ 6-4-9 ਹੋਵੇ ਜਾਂ ਲੋਟੋਮੈਕਸ, ਪਿਆਰ ਵਿੱਚ ਧੋਖਾ ਖਾ ਚੁੱਕੇ ਪ੍ਰੇਮੀ ਅਤੇ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। 9996826004